देश विदेश के सारे ही दर्शकों का मैं हरप्रीत सिंह मक्खू दिल दी गहराइया तो स्वागत करता हाँ। दर्शकों जिवें तुहानू पता भी किसी ना किसी शख्सियत के द्वारा तुहाडी सेवा दे विच हाजिर हो जाना वा। अज विशेष तौर पर मैं बापू सूरत सिंह जी दे कोल DMC हॉस्पिटल विखे पहुँचा वा। कई दिनों तो बापू जी बार बार याद कर रहे सन। कुछ पंथक मुद्दों के उपर असी अपने विचार रखने चाहते हैं क्योंकि कुछ लोगों के मन के भी बड़े लंबे समय तो सवाल उत्पन्न हुए सन। कुछ वीर वालों ये सवाल आ रहा है भी बापू जी ने जो अज तो 7.5 साल पहला संघर्ष आरंभ किया कि अज भी उस दृढ़ता के चलते पे ने। कुछ वीर पुछ रहे सन कि DMC हॉस्पिटल के बापू जी का खर्चा कौन करता पे है। कुछ वीर पुछ रहे सन DMC हॉस्पिटल के बापू जी को रखा क्यों गया। बापू जी अपने घर के क्यों नहीं वापस आ रहे। उस संघर्ष में एक नवा रूप क्यों नहीं दे रहे। तो कुछ वीर ये भी कह रहे सन भी जे आप उदो कहने सी बादलों की सरकार है तो उस तो बाद भी दो सरकार बदल गई भी कृपा करके बापू जी को पुछो कि बापू जी के उपर मानसिक शरीरक तशद्दुद किहोजा जिहा हो रहा है। आओ जानने का यत्न करते हैं। मैं बापू सूरत सिंह जी के कमरे में बापू सूरत सिंह जी के कोल पहुंचा वहां। आओ सब तो पहला तो सबना वालों फतेह की सांझ करदा वहां। बापू जी वाहेगुरू जी का खालसा वाहेगुरू जी की फतेह। सेहत चढ़दी कला बापू जी। सेहत चढ़दी कला जी। सेहत सेहत ना हौसला बद चढ़दी कला जी। नहीं हौसला जिहड़ा चढ़दी कला दे विच ही होना चाहीदा। बापू जी एक जानकारी मैं लैनी चाहुंदा वहां। कुछ सवाल पंथक बाद विच करदा मैं। कुछ ना परसनल सवाल लोगों के आए है। कहिंदे भी बापू सूरत सिंह जी ने जो अज तो 7.5 साल पहला संघर्ष जारी रखिया कीता सी कहिंदे अज भी उस प्रकार जारी है। बापू जी दृढ़ता दे विच अज भी लगे हुए ने। मिशन बंदी सिंघां वाला ही है। दृढ़ता तां खालसा वाली है। सानू साडे वडेरियां ने राह दर्शक बन के सानू सिक्ख्या दित्ती होई है वी पुत्रो ਇਹ ਮਾਰਗ 'ਤੇ ਚੱਲਣ ਲੱਗਿਆ ਡੋਲਿਓ ਨਾ। ਬੰਦ ਬੰਦ ਘਟਾਏ ਆ, ਖੋਪੜੀਆਂ ਲਹਾਈਆਂ, ਦੇਗਾਂ ਚੁੱਬੜੇ, ਸੱਚਾਈ ਦੇ ਮਾਰਗ ਤੋਂ 1 ਇੰਚ ਭਜੇ ਨਹੀਂ ਹੋਏ ਅਤੇ ਸਿੱਖੀ ਦੀ ਸਿੱਖਿਆ ਵੀ ਇਹੀ ਹੈ ਜੀ। ਅਤੇ ਦੂਜੀ ਬਾਪੂ ਦੀ ਇੱਕ ਹੋਰ ਜਾਣਕਾਰੀ ਦਿਓ। ਜਿਵੇਂ ਇੱਥੇ ਹੋਸਪਿਟਲ ਦੇ ਵਿੱਚ ਕੁਛ ਲੋਕ ਪੁੱਛਦੇ ਨੇ ਕਹਿੰਦੇ ਵੀ DMC ਹੋਸਪਿਟਲ ਦੇ ਵਿੱਚ 2 ਦਿਨ ਜਾਂ 1 ਹਫ਼ਤਾ ਜਾਂ 10 ਦਿਨ ਕੋ ਰਹਿ ਜਾਵੇ ਅਤੇ ਕਹਿੰਦੇ ਉਹਦਾ ਘਰ ਵਿਕਣਾ ਹੋ ਜਾਂਦਾ। ਅਤੇ ਬਾਪੂ ਜੀ ਕਹਿੰਦੇ ਪਿਛਲੇ 7 ਸਾਲਾਂ ਤੋਂ DMC ਹੋਸਪਿਟਲ ਦੇ ਵਿੱਚ ਨੇ ਅਤੇ ਕਹਿੰਦੇ ਵੀ ਸਾਰਾ ਖਰਚਾ ਕੌਣ ਕਰਦਾ ਪਿਆ। ਸਾਰੇ ਖਰਚੇ ਦੀ ਗੱਲ ਹੈ ਜਿੱਥੋਂ ਤੱਕ ਮੈਂ ਬੱਚਿਆਂ ਕੋਲ ਸੀ ਕੈਲੀਫੋਰਨੀਆ 2 ਸਾਲ ਮੈਂ ਦੇਖਦਾ ਰਿਹਾ ਕਿ ਬੰਦੀ ਸਿੰਘਾਂ ਦੀ ਕੋਈ ਪਿੱਠ 'ਤੇ ਖੜ੍ਹੇ, ਕੋਈ ਸੰਸਥਾ ਖੜ੍ਹੇ, ਕੋਈ ਨੌਜਵਾਨ ਖੜ੍ਹੇ, ਕੋਈ ਅਕਾਲੀ ਦਲ 5-7 ਨੇ ਉਹਨਾਂ 'ਚੋਂ ਖੜ੍ਹੇ। ਜਦ ਕੋਈ ਨਾ ਮੈਨੂੰ ਦੱਸਿਆ ਬਈ ਉਹਨਾਂ ਹੀਰਿਆਂ ਨੂੰ, ਮੈਂ 2 ਸਾਲ ਸਲਵੱਟੇ ਲੈਂਦਾ ਰਿਹਾ ਅਤੇ ਆਪ ਆ ਗਿਆ। ਆਪ ਆ ਕੇ ਇੱਥੇ ਮੈਂ ਇਕੱਲੀ ਇਕੱਲੀ ਦਲ ਨੂੰ ਪੁੱਛਿਆ ਵੀ ਮੈਂ ਇਸ ਕੰਮ ਲਈ ਆਇਆ ਅਤੇ ਮੈਨੂੰ ਅਪਣਾ ਲਓ, ਮੈਨੂੰ ਜਿੱਥੇ ਮਰਜ਼ੀ ਹੈ ਬਿਠਾਉਣ ਬਿਠਾ ਲਓ, ਮੈਂ ਸਿਰ ਦੇ ਦੂੰਗਾ ਪਰ ਡੋਲਦਾ ਨਹੀਂ। ਅਤੇ ਮੈਨੂੰ ਕਿਸੇ ਨੇ ਹਾਂ ਨਹੀਂ ਕਹੀ। ਇੱਥੋਂ ਤੱਕ ਕਿ ਮੈਨੂੰ ਮਾਂ ਦਲ ਅਤੇ ਵੀਰ ਸੀਗੀ ਉਹਨਾਂ ਨੇ ਵੀ ਜਸਕਰਨ ਸਿੰਘ ਨੇ ਕਿਹਾ ਵੀ ਇਹ ਕੰਮ ਨਾ ਕਰ। ਅੱਛਾ, ਜਸਕਰਨ ਸਿੰਘ ਕਾਹਨ ਸਿੰਘ ਵਾਲੇ ਨੇ ਤੁਹਾਨੂੰ ਕਿਹਾ ਵੀ ਬੰਦੀ ਸਿੰਘਾਂ ਦੀ ਗੱਲ ਨਾ ਕਰੋ ਕਿ ਭੁੱਖ ਹੜਤਾਲ ਨਾ ਕਰੋ? ਨਹੀਂ ਨਹੀਂ, ਭੁੱਖ ਹੜਤਾਲ ਨਾ ਕਰੋ। ਭੁੱਖ ਹੜਤਾਲ ਨਾ ਕਰੋ, ਚੰਗਾ ਹੋਇਆ ਤੁਸੀਂ ਸਵਾਲ ਕਰਦੇ, ਭੁਲੇਖਾ ਰਹਿ ਜਾਂਦਾ। ਹਾਂਜੀ, ਰਹਿ ਜਾਂਦਾ। ਅਤੇ ਨਹੀਂ, ਸਮਾਂ ਨਹੀਂ ਹੈ। ਮੈਂ ਚੁੱਪ ਕਰਕੇ ਆਪਣੇ ਘਰ ਬਹਿ ਗਿਆ ਹਸਨਪੁਰੀ। ਹਸਨਪੁਰੀ ਵਿੱਚ ਆ ਕੇ ਕੋਈ ਨਾ ਗੌਰਮੈਂਟ ਨੂੰ ਨਾ ਜਨਤਾ ਨੂੰ ਤਕਲੀਫ ਨਾ ਹੋਵੇ ਅਤੇ ਮੈਨੂੰ ਮੈਂ 16 ਜਨਵਰੀ 1915 ਨੂੰ ਬੈਠਾ ਸੀਗਾ, 2015 ਨੂੰ। ਹਾਂਜੀ। ਅਤੇ ਮੈਨੂੰ 8 ਫਰਵਰੀ ਨੂੰ ਸਰਕਾਰ ਚੱਕ ਲਿਆ, ਪੁਲਿਸ ਲਿਆ ਕੇ ਇੱਥੋਂ ਤੱਕ ਕਿ ਮੇਰੇ ਸਿਰਾਣੇ 5,30,000 ਰੁਪਈਆ ਸੀ ਉਹ ਵੀ ਲੈ ਗਏ ਅਤੇ 1 ਪੋਟਲੀ ਸਮਾਨ ਦੀ ਲੈ ਗਏ ਘਰੋਂ, ਮੈਨੂੰ ਨਹੀਂ ਪਤਾ ਉਹਦੇ 'ਚ ਕੀ ਲਗਾਏ ਆ। ਅਤੇ ਅੱਜ ਤੱਕ ਮੇਰੀ ਕਿਸੇ ਨੇ FIR ਵੀ ਨਹੀਂ ਲਿਖੀ। ਮੈਂ ਕਹਿ ਕੇ ਥੱਕਿਆ ਪਿਆ, 7 ਸਾਲ ਹੋ ਗਏ ਅਤੇ ਮੈਨੂੰ
ਪਿੰਡ 'ਚੋਂ ਇੰਨਾ ਸਹਿਯੋਗ ਮਿਲਿਆ ਕਿ ਇੱਕ ਬੀਬੀ ਨੇ ਮੇਰੀ ਜਾਇਦਾਦ 'ਤੇ ਕਬਜ਼ਾ ਕੀਤਾ 9 ਕਟਾਲ ਪਲਾਟ 'ਤੇ। ਹਾਂ, ਅਤੇ ਪਿੰਡ ਦੀ ਧੀ ਕਰਕੇ ਮੈਂ ਉਹਦੇ 'ਤੇ ਨਹੀਂ ਦਿਆ। ਚਲੋ ਇਹ ਗੱਲ ਮੋੜ ਕੇ ਕੱਟੀ ਹੈ ਆਪਾਂ, ਅਤੇ ਜਿਹੜੀ ਗੱਲ ਹੌਸਲੇ ਦੀ ਹੈ ਉਹ ਬੁਲੰਦ ਹੈ। ਅਤੇ ਮੇਰੇ ਸਾਹਮਣੇ ਗੁਰੂ ਸਾਹਿਬ ਦਾ ਸਰੂਪ ਅਤੇ ਸਿੱਖਿਆ ਅਤੇ ਸਾਡੇ ਵਡੇਰਿਆਂ ਦੀ ਸਿੱਖਿਆ ਹਰ ਵਕਤ ਮੇਰੇ 'ਤੇ ਪੈਦਾ ਦਿੰਦੀ ਹੈ ਜੀ। ਪਰ ਜਿਵੇਂ ਇਹ ਇੱਥੇ ਹੁਣ ਤੁਹਾਨੂੰ ਹੌਸਪੀਟਲ ਦੇ ਵਿੱਚ ਲੈ ਕੇ ਆਏ ਹੈ, ਇੱਥੇ ਤੁਸੀਂ ਆਪ ਆਏ ਹੋ ਕਿ ਸਰਕਾਰ ਚੁੱਕ ਕੇ ਤੁਹਾਨੂੰ ਹੌਸਪੀਟਲ ਲੈ ਕੇ ਆਈ ਹੈ? ਨਹੀਂ, ਮੈਨੂੰ ਪਹਿਲਾਂ ਸਰਕਾਰ ਨੇ ਰੱਖਿਆ ਪੁਲਿਸ ਨੇ ਸਿਵਲ ਹੌਸਪੀਟਲ 'ਚ ਕੁਝ ਦਿਨ, ਫਿਰ ਮੈਨੂੰ ਰੱਖਿਆ ਹੀਰੋ ਹਾਲ 'ਚ, ਫਿਰ ਮੈਨੂੰ ਲੈਂਦਾ ਇੱਥੇ। ਇੱਥੇ ਮੈਨੂੰ ਗੌਰਮੈਂਟ ਵੱਲੋਂ ਮੈਂ ਬੰਦੀ ਹਾਂ। ਅੱਛਾ, ਤੁਸੀਂ ਬੰਦੀ ਹੋ ਇੱਥੇ? ਮੈਂ ਬੰਦੀ ਹਾਂ ਇੱਥੇ। ਮੈਨੂੰ ਬਾਹਰ ਨਿਕਲਣ ਦੀ ਵੀ ਆਗਿਆ ਨਹੀਂ ਹੈ, ਕਮਰੇ ਦੇ ਵਿੱਚੋਂ ਬਾਹਰ ਨਿਕਲਣ ਦੀ ਆਗਿਆ ਨਹੀਂ ਹੈ। ਆਗਿਆ ਨਹੀਂ, ਥਾਣੇਦਾਰ ਸਾਹਿਬ ਬੈਠੇ ਹੈ। ਹਾਂ, ਬੈਠੇ ਹੈ ਥਾਣੇਦਾਰ ਸਾਹਿਬ, CID ਵਾਲੇ ਹੁਣੇ ਗਏ ਥੱਲੇ, ਕੋਈ ਚਾਹ ਪਾਣੀ ਕਿਹਨੂੰ ਸ਼ਾਇਦ ਆ ਜਾਣ ਜਾਂ ਨਾ ਆਉਣ, ਮੈਨੂੰ ਨਹੀਂ ਪਤਾ। ਵੀ ਇੱਕ ਇੰਝ ਕਹਿ ਲਈਏ ਵੀ ਇੱਕ CID ਵਾਲਾ ਵੀਰ, ਇੱਕ ਥਾਣੇਦਾਰ ਪੱਕੇ ਤੁਹਾਡੇ ਤੇ ਕੋਲ ਬਿਠਾਏ ਹੋਏ ਹੈ। ਹਾਂ, ਪਹਿਲਾਂ 10-12 ਹੁੰਦੇ ਸੀ, ਮੈਂ ਫੂਡ ਲੈਂਦਾ ਨਹੀਂ ਸੀ। ਫਿਰ ਹੱਥ ਪੈਰ ਫਿਰ ਬਾਹਾਂ ਨੱਪ ਲੈਣੀਆਂ, ਜ਼ਬਰਦਸਤੀ ਦਿੰਦੇ ਰਹੇ। ਜ਼ਬਰਦਸਤੀ ਤੋਂ ਬਾਅਦ ਫਿਰ ਉਹਨਾਂ ਨੇ ਆਹ ਨਾਲੀ ਪਾ ਦੀ, ਨਾਲੀ 'ਚ ਇਹ ਇੱਕ ਦੁੱਧ ਵਰਗੀ ਚੀਤੀ ਸੀ ਜਿਹਨੂੰ ਫੀਡ ਕਹਿੰਦੇ ਹੈ, ਉਹਦੇ ਸਾਣੀ ਮੈਨੂੰ ਜਿੰਦਾ ਰੱਖਣ ਲਈ ਜ਼ਬਰਦਸਤੀ ਦਿੰਦੇ ਹੈ। ਥਾਣੇਦਾਰ ਸਾਹਿਬ ਦਾ ਪੈਰਾ ਹੁੰਦਾ ਅਤੇ ਨਰਸਾਂ ਦਿੰਦੀਆਂ। ਅਖੀਰ ਜਦ ਮੈਨੂੰ ਦੱਸਿਆ ਬਈ ਇਹਨਾਂ ਨੇ ਨਹੀਂ ਹਟਣਾ, ਤਾਂ ਗੱਲ ਇੱਥੇ ਆ ਗਈ ਵੀ ਫੀਡ ਦੇਈ ਜਾਂਦੇ ਹੈ, ਮੈਂ ਜਿੰਦਾ ਰਿਹਾ। ਮੂੰਹ ਨਾਲ ਕੁਛ ਨਹੀਂ ਤੁਸੀਂ ਅੰਦਰ ਬੁਰਕੀ ਪਾ ਰਹੇ? ਨਹੀਂ, ਮੂੰਹ ਨਾਲ ਖਾਂਦਾ ਨਹੀਂ, ਨਿੰਬੂ ਪਾਣੀ ਪੀਣਾ ਹੋਵੇ ਮੈਂ ਪੀਨਾ, ਕਿਉਂਕਿ ਨਿੰਬੂ ਪਾਣੀ ਹੱਕ ਹੈ ਬਹੁਤ ਖੁਰਦਾਰੀ ਦਾ। ਪਹਿਲਾਂ ਪਾਣੀ ਜੀਉ ਹੈ ਜੇ ਤਾਂ ਹਜੇ ਸਭ ਕੋਈ ਜੀ। ਅਤੇ ਇਹ ਫਿਰ ਸਾਰਾ ਖਰਚਾ ਜਿਹੜਾ ਆ DMC ਹੋਸਪਿਟਲ ਦਾ ਇਹ ਸਰਕਾਰ ਕਰ ਰਹੀ ਹੈ, ਤੁਸੀਂ ਐਜ਼ ਏ ਬੰਦੀ ਹੋ ਇੱਥੇ? ਸਰਕਾਰ ਨੂੰ ਦੇਣਾ ਪਵੇ ਜਿਵੇਂ ਜੇਲ੍ਹ 'ਚ ਬੰਦੀ ਹੁੰਦੇ ਆ। ਅੱਛਾ, ਜਿਵੇਂ ਜੇਲ੍ਹ 'ਚ ਬੰਦੀ ਹੈ ਉਸੇ ਪ੍ਰਕਾਰ। ਮੈਂ ਇੱਕ ਜਾਣਕਾਰੀ ਲੈਣੀ ਚਾਹੁੰਦਾ ਵਾਂ, ਤੁਹਾਡੇ ਮੁਤਾਬਕ ਹਸਪਤਾਲ ਦੇ ਵਿੱਚ ਬੰਦੀ ਬਣਾ ਕੇ ਰਹਿਣਾ ਜ਼ਿਆਦਾ ਵਧੀਆ ਹੈ ਕਿ ਜੇਲ੍ਹ ਦੇ ਵਿੱਚ ਰਹਿਣਾ ਜ਼ਿਆਦਾ ਵਧੀਆ ਹੈ? ਇੱਥੇ ਜਿਹੜੀ ਪਹਿਲੇ ਦਿਨ ਹਵਾ ਸੀਗੀ ਉਹੀ ਹੈ, ਕੋਈ ਕ੍ਰੋਸ ਵੈਂਟੀਲੇਸ਼ਨ ਨਹੀਂ ਹੈ। ਜੇਲ੍ਹ ਵਿੱਚ ਮਰਜ਼ੀ ਨਾਲ ਉੱਠੋ, ਇਸ਼ਨਾਨ ਪਾਣੀ ਕਰੋ, ਦਰਬਾਰ ਸਾਹਿਬ ਜਾਓ, ਕੀਰਤਨ ਸੁਣੋ, ਸਾਥੀਆਂ ਨੂੰ ਮਿਲੋ, ਸ਼ਾਮ ਨੂੰ ਖੇਡਾਂ ਦੇਖੋ। ਇੱਥੇ ਉਹ TV ਹੈ ਜਿਹੜਾ ਸਾਹਮਣੇ ਲੱਗਾ ਤੁਹਾਡੇ, ਕੀਰਤਨ ਸੁਣਨ ਨੂੰ। ਇਹ ਖਰਾਬ ਹੈ ਲਾਇਆ ਹੋਇਆ ਮੇਰੇ, ਮੈਂ ਕਿਹਾ ਇਹਨੂੰ ਠੀਕ ਕਰਾ ਦਿਓ, ਨਹੀਂ ਕਰਾਇਆ, ਇਹਨੂੰ ਬਦਲ ਦਿਓ, ਨਹੀਂ ਬਦਲਿਆ, ਮੇਰਾ ਕਮਰਾ ਬਦਲ ਦਿਓ, ਨਹੀਂ ਬਦਲਿਆ। ਮੈਂ ਕਿਹਾ ਮੈਂ ਆਪ ਦਾ ਲਿਆ ਕੇ ਲਾ ਦਿੰਦਾ, ਨਹੀਂ ਲਾਉਣ ਦਿੱਤਾ। ਨਹੀਂ, ਹੁਣ TV ਤੁਹਾਡਾ ਖਰਾਬ ਆ, ਤੁਸੀਂ ਕੀਰਤਨ ਸੁਣਨਾ ਚਾਹੁੰਦੇ ਹੋ? ਹਾਂਜੀ, ਕੀਰਤਨ ਤੁਹਾਡਾ ਇਸ਼ਕਿਆ, ਉੱਥੇ ਵੀ ਅਸੀਂ ਹਸਨਪੁਰ ਵੀ ਦੇਖਿਆ ਤੁਹਾਡੇ ਸਰਾਣੇ ਕੀਰਤਨ ਚੱਲਦਾ ਰਹਿੰਦਾ ਹੁੰਦਾ ਸੀ। ਅੱਜ ਤੋਂ ਮੈਂ 7.5 ਸਾਲ ਪਹਿਲਾਂ ਦੀ ਗੱਲ ਕਰਦਾ ਵਾਂ, ਧੰਨਵਾਦ, ਤੁਹਾਡੇ ਸਰਾਣੇ ਕੀਰਤਨ ਚੱਲਦਾ ਰਹਿੰਦਾ ਹੁੰਦਾ ਸੀ। ਔਰ ਕਈ ਵਾਰੀ ਗੱਲਬਾਤ ਕਰਨੀ ਹੁੰਦੀ ਸੀ, ਇੰਟਰਵਿਊ ਕਰਨੀ ਹੁੰਦੀ ਸੀ, ਤਾਂ ਕਹਿਣਾ ਪੈਂਦਾ ਸੀ ਬਾਪੂ ਜੀ ਥੋੜ੍ਹੀ ਜਿਹੀ ਆਵਾਜ਼ ਸਲੋ ਕਰ ਦਿਓ, ਆਵਾਜ਼ ਮੱਧਮ ਕਰ ਦਿਓ, ਤਾਂ ਕਿ ਆਪਾਂ ਇੰਟਰਵਿਊ ਕਰ ਲਈਏ। ਹੁਣ ਇੱਥੇ TV ਜਿਹੜਾ ਆ, ਇਹ TV ਸਾਹਮਣੇ ਲੱਗਾ ਹੋਇਆ, ਇਹ ਖਰਾਬ ਹੈ? ਇਹ ਜੇ ਤੁਸੀਂ ਕਹਿੰਦੇ ਹੋ ਵੀ ਠੀਕ ਕਰਾ ਦਿਓ, ਠੀਕ ਨਹੀਂ ਕਰਾ ਕੇ ਦਿੰਦੇ। ਜੇ ਤੁਸੀਂ ਕਹਿੰਦੇ ਹੋ ਕਮਰਾ ਬਦਲਾ ਦਿਓ, ਕਮਰਾ ਨਹੀਂ ਬਦਲਦੇ। ਜੇ ਤੁਸੀਂ ਕਹਿੰਦੇ ਵੀ ਆਪਣਾ ਲਿਆ ਕੇ ਲਾ ਲਵਾਂ, ਤਾਂ ਫਿਰ ਕੀ ਕਹਿੰਦੇ ਆ? ਨਹੀਂ ਲਾਉਣ ਦਿੰਦੇ। ਕਿਉਂ ਨਹੀਂ ਲਾਉਣ ਦਿੰਦੇ? ਰਾਜ ਹੈ ਇਹਨਾਂ ਦਾ, BJP ਦਾ ਹਸਪਤਾਲ ਹੈ। ਪਰ ਤੁਹਾਨੂੰ ਲੱਗਦਾ ਨਹੀਂ ਬਾਪੂ ਜੀ ਕਿ ਬੰਦੀ ਸਿੰਘਾਂ ਦੀ ਗੱਲ ਕਰਦੇ ਕਰਦੇ ਬਾਪੂ ਸੂਰਤ ਸਿੰਘ ਨੂੰ ਵੀ ਬੰਦੀ ਬਣਾ ਲਿਆ? ਬੰਦੀ ਬਣਾ ਲਿਆ। ਜਿਵੇਂ ਸ਼ਹੀਦਾਂ ਦੀ ਗੱਲ ਕਰਦੇ ਕਰਦੇ ਜਸਵੰਤ ਸਿੰਘ ਖਾਲੜਾ ਨੂੰ ਵੀ ਸ਼ਹੀਦਾਂ ਦੀ ਕਤਾਰ ਵਿੱਚ ਖੜੇ ਕਰ ਦਿੱਤਾ, ਇਸੇ ਪ੍ਰਕਾਰ ਬਾਪੂ ਸੂਰਤ ਸਿੰਘ ਵੀ ਬੰਦੀ ਸਿੰਘਾਂ ਦੀ ਗੱਲ ਕਰਦਾ ਕਰਦਾ ਅੱਜ ਬੰਦੀ ਹੈ। ਵੱਖਰੀ ਗੱਲ, ਉਹਨੂੰ ਜੇਲ੍ਹ ਦੇ ਵਿੱਚ ਨਹੀਂ ਰੱਖਿਆ,
ਹਸਪਤਾਲ ਦੇ ਵਿੱਚ ਰੱਖਿਆ? ਜੇਲ੍ਹ ਤਾਂ ਇਹਨੂੰ ਸੌਣ ਸਹੂਲੀਅਤ, ਪਰ ਜੇ ਤੁਸੀਂ ਇੱਥੋਂ ਘਰ ਜਾਣਾ ਚਾਹੋ ਹਾਂਜੀ, ਤਾਂ ਤੁਹਾਨੂੰ ਰੁਕਾਵਟ ਕੌਣ ਪਾ ਰਿਹਾ? ਰੁਕਾਵਟ ਸਰਕਾਰ ਪਾ ਰਹੀ ਹੈ। ਨਹੀਂ ਜਾਣ ਦਿੰਦੇ ਇੱਥੋਂ? ਨਹੀਂ ਜਾਣ ਦਿੰਦੇ। ਤੁਸੀਂ ਕੋਈ ਐਪਲੀਕੇਸ਼ਨ ਹਾਈ ਕੋਰਟ ਦੇ ਵਿੱਚ ਲਾਈ ਹੈ ਜਾਂ ਸਰਕਾਰ ਤੱਕ ਅਪੀਲ ਕੀਤੀ ਹੈ ਵੀ ਭਾਈ ਮੇਰਾ ਇੱਕ ਰਾਈਟ ਹੈ ਆਪਦੇ ਘਰ ਦੇ ਵਿੱਚ ਜਾਣਾ, ਤੁਸੀਂ ਮੈਨੂੰ ਹਸਪਤਾਲ ਦੇ ਵਿੱਚ ਕਿਉਂ ਇੱਥੇ ਰੱਖਿਆ ਹੋਇਆ? ਇਹਦੇ ਲਈ ਮੇਰੀ ਪਿੱਠ ਭੂਮੀ ਨਹੀਂ ਹੈ, ਮੈਂ ਇਕੱਲਾ ਇੱਥੇ, ਸਾਰੀ ਫੈਮਿਲੀ ਮੇਰੀ ਕੈਲੀਫੋਰਨੀਆ ਕੈਲੀਫੋਰਨੀਆ ਨੇ, ਅਤੇ ਇਸ ਲਈ ਪੈਰਵੀ ਕਰਨ ਤੋਂ ਮੇਰੇ ਹਮਦਰਦ ਵੀ ਹੈਗੇ ਆ, ਉਹ ਵੀ ਸੰਕੋਚ ਕਰ ਰਹੇ ਆ ਵੀ ਗੌਰਮੈਂਟ ਸਾਨੂੰ ਲਪੇਟ 'ਚ ਨਾ ਲੈ ਲਵੇ। ਜੀ ਮੇਨੇ ਕਾਰਨ ਆ। ਪਰ ਇੱਕ ਹੋਰ ਜਿਵੇਂ ਮਨ ਦੇ ਵਿੱਚ ਆ, ਜਦੋਂ ਤੁਸੀਂ ਭੁੱਖ ਹੜਤਾਲ ਸ਼ੁਰੂ ਕੀਤੀ ਉਦੋਂ ਸੀ ਬਾਦਲਾਂ ਦੀ ਸਰਕਾਰ, ਅਤੇ ਆਪਾਂ ਰੱਜ ਕੇ ਇਹਨਾਂ ਨੂੰ ਲਾਹਨਤਾਂ ਵੀ ਪਾਈਆਂ। ਉਸ ਤੋਂ ਬਾਅਦ ਕੈਪਟਨ ਸਰਕਾਰ ਆ ਗਈ, ਬਾਪੂ ਜੀ ਉਸੇ ਪ੍ਰਕਾਰ ਹੀ ਨੇ, ਉਸ ਤੋਂ ਬਾਅਦ ਤੀਜੀ ਸਰਕਾਰ ਬਦਲ ਗਈ, ਤਿੰਨ ਸਰਕਾਰਾਂ ਬਦਲ ਗਈਆਂ, ਪਰ ਤੁਸੀਂ ਅੱਜ ਵੀ ਉੱਥੇ ਹੀ ਹੋ। ਕੋਈ ਕਿਸੇ ਸਰਕਾਰ ਨੇ ਇਹ ਨਹੀਂ ਕਿਹਾ ਵੀ ਨਹੀਂ ਬਾਪੂ ਜੀ ਤੁਹਾਡੇ ਨਾਲ ਧੱਕਾ ਹੋ ਰਿਹਾ, ਆਓ ਤੁਹਾਨੂੰ ਤੁਹਾਡੇ ਘਰ ਛੱਡ ਕੇ ਆਈਏ? ਸਰਕਾਰ ਨੇ ਕੀ ਕਿਹਾ ਵੀ ਨਹੀਂ ਮੰਨਿਆ ਜਾਂਦਾ। ਬਾਦਲ ਸਰਕਾਰ 'ਤੇ ਮਾਣ ਸੀਗਾ, ਪਰ ਉਹਨੇ ਤਾਂ ਮੈਨੂੰ ਬੰਦ ਕੀਤਾ, ਅਕਾਲੀ ਸਰਕਾਰ ਦਾ ਬੰਦ ਕੀਤਾ ਹੋਇਆ ਮੈਂ। ਪਰ ਤੁਹਾਡੇ ਇਲਾਕੇ ਦਾ ਤਾਂ ਐੱਮ ਐੱਲ ਏ ਵੀ ਮਨਪ੍ਰੀਤ ਸਿੰਘ ਅਯਾਲੀ ਜਿਹੜਾ, ਉਹ ਅਕਾਲੀ ਦਲ ਦਾ ਹੀ ਸੀ? ਉਹ ਵੀ ਅਕਾਲੀ ਦਲ ਦਾ, ਉਹਨੇ ਕੋਈ ਐਫਰਟ ਨਹੀਂ ਕੀਤੀ। ਅੱਛਾ, ਉਦੋਂ ਤੁਹਾਡਾ ਵਿਧਾਇਕ ਜਿਹੜਾ ਸੀ, ਇੰਝ ਕਹਿ ਸਕਦਾ ਵੀ ਬਾਪੂ ਸੂਰਤ ਸਿੰਘ ਨੇ ਬੰਦੀ ਸਿੰਘਾਂ ਦੀ ਜਦੋਂ ਭੁੱਖ ਹੜਤਾਲ ਰੱਖੀ, ਹਾਂਜੀ, ਤੇ ਬਾਦਲ ਸਰਕਾਰ ਨੇ ਬਾਪੂ ਜੀ ਨੂੰ ਬੰਦੀ ਬਣਾ ਲਿਆ, ਤੇ ਉਸ ਜਿੱਥੋਂ ਦੇ ਬਾਪੂ ਜੀ ਰਹਿਣ ਵਾਲੇ ਸੀ ਉਸ ਸਮੇਂ ਹਲਕਾ ਦਾਖਾ ਦਾ ਜਿਹੜਾ ਐੱਮ ਐੱਲ ਏ ਸੀ ਉਹ ਵੀ ਅਕਾਲੀ ਦਲ ਦਾ ਸੀ, ਮਨਪ੍ਰੀਤ ਸਿੰਘ ਅਯਾਲੀ। ਹਾਂਜੀ, ਕੋਈ ਸੁਣਵਾਈ ਨਹੀਂ ਕੀਤੀ ਅਯਾਲੀ ਨੇ? ਨਹੀਂ, ਕੋਈ ਨਹੀਂ, ਹਮਦਰਦੀ ਵੀ ਨਹੀਂ ਹੈ। ਹਾਂਜੀ, ਹਮਦਰਦੀ ਵੀ ਨਹੀਂ, ਹਮਦਰਦੀ ਵੀ ਨਹੀਂ ਉਹਨੇ ਕੀਤੀ, ਆ ਕੇ ਮਿਲਿਆ ਵੀ ਨਹੀਂ ਹੈਗਾ, ਹਾਲਾਂਕਿ ਮੈਂ ਇੱਕ ਦੋ ਦਫ਼ਾ ਫੋਨ ਕੀਤੇ। ਅਕਾਲੀ ਦਲ ਹੁਣ ਬੰਦੀ ਸਿੰਘਾਂ ਦੀ ਗੱਲ ਕਰਦੇ ਪਏ ਨੇ, ਇਹ ਸ਼ਰਮ ਆਉਣੀ ਚਾਹੀਦੀ ਹੈ ਉਹਨਾਂ ਨੂੰ। ਬੰਦੀ ਸਿੰਘਾਂ ਨੂੰ ਛਡਾਉਣ ਵਾਲਾ ਤਾਂ ਬੰਦ ਕੀਤਾ ਉਹਨਾਂ ਨੇ ਆਪ, ਜੀ ਨੇ ਲਾ ਤੀ ਲੋਈ ਉਹਨੂੰ ਕੋਈ। ਨਹੀਂ ਵੈਸੇ ਕਿੰਨੀ ਹੈਰਾਨਗੀ ਦੀ ਗੱਲ ਹੈ ਵੈਸੇ, ਹੁਣ ਇਹਨਾਂ ਨੇ ਐਤਕੀ ਸੰਗਰੂਰ ਤੋਂ ਬੀਬੀ ਕਮਲਦੀਪ ਕੌਰ ਨੂੰ ਇਲੈਕਸ਼ਨ ਲੜਾਇਆ, ਬਿਲਕੁਲ, ਅਤੇ ਇਹ ਗੱਲ ਕਹੀ ਵੀ ਬੰਦੀ ਸਿੰਘਾਂ ਦੇ ਵਿੱਚੋਂ ਹੀ ਅਸੀਂ ਕਿਸੇ ਪ੍ਰਾਣੀ ਨੂੰ ਲਵਾਂਗੇ, ਅਤੇ ਬੰਦੀ ਸਿੰਘਾਂ ਦੀ ਬੀਬੀ ਦੀ ਗੱਲ ਕਰਨਗੇ। ਅਤੇ ਮੈਂ ਵੀ ਇੱਕ ਦਿਨ ਬੈਠਾ ਸੋਚ ਰਿਹਾ ਸਾਂ, ਮੈਂ ਕਿਹਾ ਵੀ ਖੂਨ ਬਾਦਲਕਿਆਂ ਨੂੰ ਬੰਦੀ ਸਿੰਘ ਯਾਦ ਆ ਗਏ ਹੈ, ਅਤੇ ਜਿਹੜਾ ਬੰਦੀ ਸਿੰਘਾਂ ਦੀ ਗੱਲ ਕਰਦਾ ਸੀ ਅੱਜ ਤੋਂ 7.5 ਸਾਲ ਪਹਿਲਾਂ, ਉਹਨੂੰ ਤਾਂ ਚੁੱਕ ਕੇ ਇਹਨਾਂ ਨੇ ਅੰਦਰ ਕਰਾਤਾ, ਬਿਲਕੁਲ, ਅਤੇ ਅੱਜ ਤੱਕ ਵੀ ਤੁਹਾਡੀ ਵੈਸੇ ਤੁਹਾਨੂੰ ਚੁਕਵਾਇਆ ਪਿੰਡੋਂ ਕਿਸ ਨੇ ਸੀ? ਅਕਾਲੀ ਦਲ ਦੀ ਸਰਕਾਰ ਨੇ, ਅਕਾਲੀ ਦਲ ਦੀ ਸਰਕਾਰ ਨੇ, ਉਸ ਤੋਂ ਬਾਅਦ ਦੋ ਸਰਕਾਰਾਂ ਬਦਲ ਗਈਆਂ, ਸੁਣਵਾਈ ਕੋਈ ਨਹੀਂ ਬਾਦਲ ਸਰਕਾਰ ਨੇ। ਜੇ ਮੈਂ ਇਸ ਸਰਕਾਰ ਦੀ ਗੱਲ ਕਰਾਂ ਤਾਂ ਭਗਵਾਨ ਸਿੰਘ ਮਾਨ ਮੇਰਾ ਪੁਰਾਣਾ ਵਾਕਫ ਹੈ, ਅਤੇ ਉਹ ਮੈਨੂੰ ਪਿੰਡ ਮਿਲਣ ਆਇਆ ਸੀ, ਅਤੇ ਉਹਨਾਂ ਨੇ ਕਾਫੀ ਹਮਦਰਦੀ ਲਿਖਾਈ ਸੀ, ਪਰ ਰਾਜ ਭਾਗ ਨੇ ਭੁਲਾ ਦੀ। ਮੇਰੇ ਕੋਲ ਉਹਦੇ ਕੋਈ ਲੰਮੇ ਸਮੇਂ ਦੀ ਕੈਸਟ ਹੈ ਜਿਹੜੇ ਉਹਨਾਂ ਨੇ ਉਸ ਵੇਲੇ ਉੱਥੇ ਗੱਲ ਕਹੀ। ਹਸਨਪੁਰ ਆਇਆ ਸੀ? ਹਸਨਪੁਰ ਆਏ ਸੀ, ਮੈਂ ਹਸਨਪੁਰ ਨਹੀਂ। ਪਰ ਜਦੋਂ ਅੰਨਾ ਹਜ਼ਾਰੇ ਨੇ ਅੰਦੋਲਨ ਸ਼ੁਰੂ ਕੀਤਾ ਸੀ, ਹਾਂਜੀ, ਉਦੋਂ ਤੁਸੀਂ ਵੀ ਸਾਥ ਦਿੱਤਾ ਸੀ ਉਹਨਾਂ ਦਾ, ਹੈ ਨਾ? ਮੈਂ ਰਜਮਾ ਸਾਥ ਦਿੱਤਾ ਸੀ, ਰਜਮਾ ਸਾਥ ਦਿੱਤਾ। ਉਸ ਅੰਦੋਲਨ ਦੇ ਵਿੱਚੋਂ ਇੱਕ ਪਾਰਟੀ ਨਿਕਲਦੀ ਹੈ ਜਿਸ ਨੂੰ ਕੇਜਰੀਵਾਲ ਲੀਡ ਕਰਦਾ ਆ, ਅਤੇ ਉਸ ਪਾਰਟੀ ਦਾ ਨਾਮ ਆ ਗਿਆ ਆਮ ਆਦਮੀ ਪਾਰਟੀ। ਕੀ ਉਸ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਣ ਜਾਂਦੀ ਹੈ, ਉਹਨਾਂ ਨੂੰ ਪਤਾ ਨਹੀਂ ਵੀ ਆਖਿਰਕਾਰ ਸਾਡਾ ਪੁਰਾਣਾ ਵਲੰਟੀਅਰ ਸੀ ਇਹ? ਕੇਜਰੀਵਾਲ ਆਪਣੇ ਆਪ ਨੂੰ 2 ਨੰਬਰ ਅੰਨਾ ਹਜ਼ਾਰੇ ਮੰਨਦਾ ਸੀ, ਅਤੇ ਉਹਦੇ ਕੋਲ ਹੁਣ ਉਹ ਜਿਹੜੀ ਪਾਵਰ ਹੈ ਉਹ ਇੱਥੋਂ ਤੱਕ ਪਹੁੰਚ ਚੁੱਕਿਆ ਹੋਇਆ ਕਿ ਮੈਂ ਪ੍ਰਾਈਮ ਮਿਨਿਸਟਰ ਬਣਨਾ, ਪੰਜਾਬ ਦਾ ਪ੍ਰਾਈਮ ਮਿਨਿਸਟਰ ਬਣਨਾ ਕੇਜਰੀਵਾਲ ਦਾ ਸੁਪਨਾ, ਐਡਾ ਵੱਡਾ ਸੁਪਨਾ ਜੋ ਮੈਂ ਜਾਣਦਾ। ਇਸ ਲਈ ਹਿਮਾਚਲ ਹਰਿਆਣੇ ਨੂੰ ਪੰਜਾਬ ਨੂੰ ਤਰਜੀਹ ਦੇ ਕੇ
ਪਹਿਲ ਦੇ ਰਹੇ ਵੀ ਤਾਂ ਕਿ ਅਸੀਂ ਉੱਥੇ ਸਰਕਾਰਾਂ ਬਣਾ ਲਈਏ। ਜੀ ਬਾਪੂ ਜੀ, ਜਦੋਂ ਅਸੀਂ ਤੁਹਾਨੂੰ ਉੱਥੇ ਮਿਲਦੇ ਰਹੇ ਹਾਂ ਹਸਨਪੁਰ, ਉਦੋਂ ਤੁਹਾਡੇ ਹੱਥ ਪੈਰ ਕੰਬਦੇ ਨਹੀਂ ਸੀ, ਹੁਣ ਤੁਹਾਡੇ ਹੱਥ ਵੀ ਕੰਬੀ ਜਾਂਦੇ ਆ, ਤੁਹਾਡੇ ਪੈਰ ਵੀ ਕੰਬੀ ਜਾਂਦੇ ਆ। ਮੇਰਾ ਹੁਣ ਗੋਡਾ ਨਾਲ ਲੱਗਾ ਹੋਇਆ ਤੁਹਾਡੇ ਬੈੱਡ ਦੇ, ਉਹ ਵਾਈਬ੍ਰੇਸ਼ਨ ਮੈਨੂੰ ਵੀ ਮਹਿਸੂਸ ਹੋ ਰਹੀ ਹੈ ਤੁਹਾਡੇ ਸਰੀਰ ਦੇ ਕੰਪਨ ਦੀ, ਇਹਦਾ ਕਾਰਨ ਕੀ, ਸਰੀਰ ਕਿਉਂ ਕੰਬਣ ਲੱਗ ਗਿਆ? ਇਹਦਾ ਕਾਰਨ ਇੱਕ ਨਹੀਂ ਹੈਗਾ, ਮੇਰਾ ਦਿਮਾਗ ਸੁਕੜ ਗਿਆ। ਡਾਕਟਰਾਂ ਨੇ ਜਵਾਬ ਦਿੱਤਾ ਵੀ ਸਾਡੇ ਕੋਲ ਇਹਦਾ ਕੋਈ ਇਲਾਜ ਨਹੀਂ ਹੈ, ਇੱਥੋਂ ਦੇ ਡਾਕਟਰਾਂ ਨੇ, ਡੀ ਐਮ ਸੀ ਦੀਆਂ ਨੇ। ਆਹ ਕੰਨਾਂ 'ਚ ਮੇਰੇ ਮਸ਼ੀਨ ਲੱਗੀ ਹੈ, ਕੰਨ ਸੁਣਨ ਨੂੰ ਗਏ ਹੋਏ ਆ, ਅੱਖਾਂ 'ਤੇ ਐਨਕ ਲੱਗ ਗਈ ਜਿਹੜੀ ਨਹੀਂ ਲੱਗੀ ਹੋਈ ਸੀ। ਅਤੇ ਜੇ ਇਹਨਾਂ ਗੱਲਾਂ ਪਿੱਛੇ ਸੋਚੀ ਜਾਈਏ ਤਾਂ ਫਿਰ ਸਾਡੇ ਬਜੇਰੀਆਂ ਦੇ ਸ਼ਹੀਦਾਂ ਨੂੰ ਸੱਟ ਵੱਜਦੀ ਹੈ। ਮੈਂ ਨਹੀਂ ਚਾਹੁੰਦਾ ਵੀ ਅਸੀਂ ਉਹਨਾਂ ਦੀ ਔਲਾਦ ਹੋਈਏ ਅਤੇ ਅਸੀਂ ਕੋਈ ਕਮਜ਼ੋਰੀ ਦਿਖਾਈਏ ਵੀ ਹਾਏ ਮੇਰੇ ਦਿਮਾਗ ਸੁੱਕ ਗਿਆ, ਮੇਰਾ ਇਹ ਹੋ ਗਿਆ, ਉਹ ਹੋ ਗਿਆ, ਕੋਈ ਮਤਲਬ ਨਹੀਂ ਦਿਖਾਉਂਦੀਆਂ ਇਹ ਗੱਲਾਂ। ਜਿਹੜਾ ਬੰਦੀ ਸਿੰਘ ਰਿਹਾਈ ਮੋਰਚਾ ਆ, ਜਿਹੜੇ ਸ਼ੁਰੂਆਤ ਵਿੱਚ ਤੁਹਾਡੇ ਨਾਲ ਰਹੇ ਆ, ਜਿਵੇਂ ਭਵਨਦੀਪ ਸਿੱਧੂ ਹੋ ਗਏ, ਬਾਬਾ ਜੰਗ ਸਿੰਘ ਹਰੀ ਹੋ ਗਏ, ਉਹ ਤਾਂ ਐਤਕੀ ਬਾਦਲ ਦਲ ਦੀ ਖੁੱਲ੍ਹੀ ਹਮਾਇਤ ਦੇ ਉੱਪਰ ਸਨ। ਸੰਗਰੂਰ ਦੇ ਵਿੱਚ ਉਹਨਾਂ ਨੇ ਸ਼ਰੇਆਮ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ, ਮੀਟਿੰਗ ਕੀਤੀਆਂ, ਅਤੇ ਉਦੋਂ ਫਿਰ ਤੁਹਾਡੀ ਸਲਾਹ ਲਈ ਗਈ, ਤੁਹਾਨੂੰ ਪੁੱਛ ਕੇ ਕੀਤੀ ਹਮਾਇਤ ਕਿ ਤੁਹਾਡੇ ਬਿਨਾਂ ਪੁੱਛੇ ਕੀਤੀ ਹੈ? ਮੈਨੂੰ ਅੱਜ ਪਤਾ ਲੱਗਦਾ ਤੁਹਾਡੇ ਵਿੱਚ ਰਸਨਾ ਤੋਂ। ਅੱਛਾ, ਨਹੀਂ ਸੀ ਪਤਾ? ਨਹੀਂ ਸੀ ਪਤਾ ਇੱਥੋਂ ਤੱਕ ਕਿ ਚਹਿਲ ਵਰਗੇ ਐਡਵੋਕੇਟ ਨੇ ਜਿਹੜੇ, ਉਹ ਉਹਨਾਂ ਦੇ ਖਾਸ ਕਰਤਾ ਦਰਤਾ ਨੇ, ਕਦੇ ਕੋਈ ਫੋਨ ਤੱਕ ਨਹੀਂ ਆਇਆ। ਮੇਰੇ ਨਾਲ ਤਾਂ ਗੱਲ ਵੱਖਰੀ ਹੈਗੀ, ਪਰ ਮੈਨੂੰ ਕੋਈ ਚਿੰਤਾ ਨਹੀਂ। ਨਹੀਂ, ਬੰਦੀ ਸਿੰਘ ਰਿਹਾਈ ਮੋਰਚੇ 'ਚੋਂ ਤੁਹਾਨੂੰ ਕਦੇ ਮਿਲਣ ਨਹੀਂ ਆਏ? ਮੈਂ ਕਿਹਾ ਜੀ ਫੋਨ ਤੱਕ ਨਹੀਂ ਆਇਆ ਕਦੇ। ਬੰਦੀ ਸਿੰਘਾਂ ਦੀ ਗੱਲ ਕਰੀਏ ਤਾਂ, ਮੋਰਚੇ ਦੀ ਗੱਲ ਕਰੀਏ ਤਾਂ, 7 ਸਾਲ ਮੈਨੂੰ ਕਿਸੇ ਨੇ ਨਹੀਂ ਪੁੱਛਿਆ, ਹੁਣ 6 ਮਹੀਨਿਆਂ ਤੋਂ ਹਰੇਕ ਹੀ ਝੰਡਾ ਚੱਕੀ ਫਿਰਦਾ ਵੀ ਬੰਦੀ ਸਿੰਘ ਮੈਂ ਰਾਹ ਕਰਨੇ ਆ, ਮੈਂ ਰਾਹ ਕਰਾਉਣੇ ਆ। ਇਹ ਸੱਚ ਆ? ਬਾਦਲ ਕਹਿੰਦਾ ਮੈਂ ਦਿੱਲੀ ਜਾ ਕੇ ਬਹਿ ਜਾਣਾ, ਉਦੋਂ ਆਉਣਗੇ ਸੁਖਬੀਰ ਕਿ ਮੇਰੀ ਜਿੱਦਣ ਬੰਦੀ ਰਿਹਾ ਹੋ ਜਾਣਗੇ। ਮੈਂ ਕਹਿੰਦਾ ਮੈਨੂੰ ਤਾਂ ਖੁਸ਼ੀ ਦੀ ਗੱਲ ਹੈ, ਮੈਨੂੰ ਤਾਂ ਹੀਰੇ ਬਾਹਰ ਆਜ਼ਾਦ ਹਵਾ 'ਚ ਦੇਖਣਾ ਚਾਹੁੰਦਾ ਮੈਂ ਤਾਂ ਉਹਨਾਂ ਨੂੰ। ਉਹ ਕੋਈ ਸਧਾਰਨ ਮਨੁੱਖ ਨਹੀਂ ਹੈਗੇ ਆ, ਉਹ ਕੌਮ ਦੇ ਇਤਿਹਾਸ 'ਚ ਆਪਦਾ ਥਾਂ ਰੱਖਣ ਵਾਲੇ ਬੰਦੇ ਆ। ਬੰਦੀ ਸਿੰਘ ਮੇਰੇ ਲਈ ਕੋਈ ਕੀ ਸਮਝਦਾ, ਮੈਨੂੰ ਨਹੀਂ ਕੋਈ ਫਿਕਰ, ਕੋਈ ਦੁਸ਼ਮਣ ਸਮਝੇ, ਕੋਈ ਕਾਤਲ ਸਮਝੇ। ਜੇ ਕਾਤਲ ਹੀ ਸਮਝਣਾ ਤਾਂ ਪ੍ਰਸ਼ਾਸਨ ਨੇ ਉਹਨਾਂ ਨੂੰ ਅਰੈਸਟ ਕਰਕੇ ਕਾਨੂੰਨ ਦੇ ਹਵਾਲੇ ਕਰਤਾ। ਕਾਨੂੰਨ ਨੇ ਉਹਨਾਂ ਦੇ ਜੁਰਮ ਦੇ ਆਧਾਰ 'ਤੇ, ਕਾਨੂੰਨ ਦੇ ਆਧਾਰ 'ਤੇ ਉਹਨੂੰ ਸਜ਼ਾਵਾਂ ਦੇ ਦਿੱਤੀਆਂ, ਉਹਨਾਂ ਨੇ ਪੋਟਮਨ ਢੰਗ ਨਾਲ ਕੱਟ ਲਈਆਂ। ਅਤੇ ਫਿਰ ਉਹਨਾਂ ਨੂੰ ਕਿਹੜਾ ਹੈਗਾ ਲਾਭ ਹੈ ਉਹਨਾਂ ਨੂੰ ਜੇਲ੍ਹ 'ਚ ਰੱਖਿਆ ਜਾਵੇ। ਮੈਂ ਜਦ ਆਇਆ ਮੈਂ ਮੈਮੋਰੈਂਡਮ ਜਿਹੜਾ ਗਵਰਨਰ ਨੂੰ ਦਿੱਤਾ ਸੀ, ਉਹ ਭਾਰਤ ਦੇ ਅੰਦਰ ਜੇ ਕੋਈ ਬੰਦੀ ਸਿੰਘ ਸਜ਼ਾ ਕੱਟ ਕੇ ਬਣਦਾ ਤਾਂ ਉਹਨਾਂ ਦਾ ਹੀ ਦਿੱਤਾ ਸੀ। ਉਹਨਾਂ 'ਚੋਂ ਪੰਜਾਬ ਤੋਂ ਬਗੈਰ ਕਿਸੇ ਸਟੇਟ 'ਚ ਕੋਈ ਬੰਦਾ ਨਹੀਂ ਹੈ ਜਿਹੜਾ ਜੇਲ੍ਹ ਕੱਟ ਕੇ ਜੇਲ੍ਹ 'ਚ ਹੋਵੇ। ਅਤੇ ਪੰਜਾਬ ਵਿੱਚ ਸਿੱਖਾਂ ਤੋਂ ਬਗੈਰ ਕੋਈ ਨਹੀਂ। ਹੁਣ ਇੱਥੇ ਅਸੀਂ ਕੀ ਸਮਝੀਏ ਵੀ ਅਸੀਂ ਇਸ ਦੇਸ਼ ਦੇ ਆਜ਼ਾਦ ਭਾਰਤੀ ਹਾਂ? ਸਾਨੂੰ ਤਾਂ ਅੰਗਰੇਜ਼ ਜਾਣ ਤੋਂ ਬਾਅਦ ਗੁਲਾਮ ਬਣਾ ਰੱਖਿਆ ਹੋਇਆ ਇਹਨਾਂ ਨੇ, ਟੋਪੀ ਵਾਲੇ ਨੇ। ਦਾੜਾ ਅਤੇ ਦਸਤਾਰ ਦੇਖਣ ਨੂੰ ਤਿਆਰ ਨਹੀਂ। ਮੈਂ ਐਲਾਨੀਆਂ ਕਹਿੰਦਾ ਜਿੱਥੇ ਮਰਜ਼ੀ ਕਹਿ ਦੇਣ, ਮੇਰੇ 'ਤੇ ਜਿਹੜਾ ਕੇਸ ਪਾਉਣਾ ਪਾ ਲੈਣ। ਇੱਕ ਹੋਰ ਜਾਣਕਾਰੀ ਲੈਣਾ, ਜਿਵੇਂ ਤੁਹਾਨੂੰ ਜਦੋਂ ਉੱਥੋਂ ਪਿੰਡੋਂ ਚੁੱਕਿਆ ਹਸਨਪੁਰ ਤੋਂ, ਤੁਸੀਂ ਬੰਦੀ ਸਿੰਘਾਂ ਲਈ ਭੁੱਖ ਹੜਤਾਲ 'ਤੇ ਬੈਠੇ ਅੱਜ ਤੋਂ 7.5 ਸਾਲ ਪਹਿਲਾਂ, ਤੁਹਾਨੂੰ ਚੁੱਕਿਆ, ਤੁਹਾਨੂੰ ਸਿਵਲ ਹੋਸਪਿਟਲ ਲੈ ਗਏ, ਉਸ ਤੋਂ ਬਾਅਦ ਡੀ ਐਮ ਸੀ ਦੇ ਵਿੱਚ ਪੱਕਾ ਹੀ ਤੁਹਾਨੂੰ ਇੱਥੇ ਬੰਦ ਕੀਤਾ ਹੋਇਆ, ਪੱਕਾ ਹੀ ਬੰਦ ਕੀਤਾ ਹੈ ਨਾ?
कि बंदी सिंघां दी ओ आवाज़ हुण किस तरीके नाल चुक रहे हो? हुण मेरा तो जिहड़ा हैगा हालात यही हैगे है कि मगर कोई पार्टी खड़ी नहीं है पिछले जिहड़े अकाली दल कहाउंदे आ जिम्मेवार कहाउंदे आ ते होर तां किसे ने खड़ना ही की है ना जन संघ ने ना बीजेपी ने ना किसे दा मतलब ही नहीं कोई ओहदा सगों होर डक के अंदर तैयार ने ਮੈਂ ਜਿਹੜੇ ਰਹਿੰਦੇ ਆ ਉਹਨਾਂ ਨੂੰ ਵੀ ਦੇ ਦਿਓ। ਤੁਹਾਡੇ 'ਤੇ ਕੋਈ ਉਸ ਤੋਂ ਬਾਅਦ ਜਿਉਂ ਤੁਹਾਨੂੰ ਇੱਥੇ ਹਸਪਤਾਲ ਲੈ ਕੇ ਆਏ ਨੇ ਤੁਹਾਡੇ 'ਤੇ ਕੋਈ ਹੋਰ ਪਰਚਾ ਪਾਇਆ ਗਿਆ ਕਿ ਨਹੀਂ? ਨਹੀਂ, ਪਰਚਾ ਨਹੀਂ ਪਾਇਆ। ਅਤੇ ਇੱਥੇ ਤੁਹਾਡਾ ਇਲਾਜ ਕੀ ਚੱਲਦਾ? ਇੱਥੇ ਇਲਾਜ ਮੈਨੂੰ ਨਹੀਂ ਪਤਾ ਕੀ ਦਿੰਦੇ ਆ ਕਿ ਮੈਂ ਇਹਦਾ ਬਾਈਕਾਟ ਕਰਨਾ ਚਾਹੁੰਦਾ। ਪੈਰਾਂ 'ਚੋਂ ਮੇਰੇ 'ਚੋਂ ਅੱਗ ਨਿਕਲ ਰਹੀ ਹੈ, ਮੈਂ ਚਾਦਰ ਨਹੀਂ ਲੈ ਸਕਦਾ। 7 ਸਾਲ ਹੋ ਗਏ ਜੋਰ ਦਰਦ ਕਰਦੇ ਆ, ਕਿੱਥੇ ਗੱਲ ਹੋ ਜਾਣਾ ਕਮਾਉਣਾ ਤੁਸੀਂ ਦੇਖ। ਕੋਈ ਚਿੰਤਾ ਨਹੀਂ, ਕੋਈ ਪੈਣਾ ਬਹੁਤ ਔਖਾ ਬਾਪੂ ਜੀ, ਪਾਸੇ ਆਕੜ ਜਾਂਦੇ। ਮੰਜਾ ਮੇਰਾ ਯਾਰ ਹੈ, ਇਹ ਕਹਿੰਦਾ ਜੇ ਮੈਂ ਮਰਜ਼ੀ ਲੇਟੀ ਜਾ ਤੈਨੂੰ ਨਹੀਂ ਦੇਣਾ। ਖੜ ਨਹੀਂ ਹੁੰਦਾ ਤੁਰਨਾ ਤਾਂ ਗੱਲ ਵੱਖਰੀ ਹੈ। ਬਾਪੂ ਜੀ ਤੁਸੀਂ ਜਿਵੇਂ ਹੁਣ ਇਹ ਤਾਂ ਆਪਾਂ ਅਜੋਕੇ ਸਮੇਂ ਦੀ ਗੱਲ ਕੀਤੀ ਹੈ, ਕਿਉਂਕਿ ਜਾਣਕਾਰੀ ਦੇਣੀ ਬੜੀ ਜ਼ਰੂਰੀ ਸੀ ਬਾਪੂ ਜੀ ਨੂੰ ਕਿਉਂ ਰੱਖਿਆ ਗਿਆ ਆ, ਕੀ ਕਾਰਨ ਹੈ, ਇਲਾਜ ਚੱਲਦਾ ਹੈ, ਕੀ ਹੈ, ਇਹ ਸਾਰੀ ਜਾਣਕਾਰੀਆਂ ਸੀ। ਠੀਕ ਹੈ, ਪਿੰਡ ਦੇ ਵਿੱਚੋਂ ਵੀ ਕੋਈ ਗ੍ਰਾਮ ਪੰਚਾਇਤ ਦੇ ਵਿੱਚੋਂ ਵੀ ਤੁਹਾਡੇ ਹੱਕ ਦੇ ਵਿੱਚ ਨਿਤਰੀ ਹੈ ਵੀ ਸਾਡੇ ਪਿੰਡ ਦਾ ਬਾਪੂ ਸੀ ਅਤੇ ਸਾਡੇ ਬਾਪੂ ਨਾਲ ਧੱਕਾ ਹੋ ਰਿਹਾ ਆ, ਅਸੀਂ ਬਾਪੂ ਨੂੰ ਵਾਪਸ ਲੈ ਕੇ ਆਵਾਂਗੇ? ਜੇ ਬੰਦੀ ਸਿੰਘਾਂ ਦੀ ਗੱਲ ਕਰੀਏ ਤੇ ਜਦੋਂ ਕੋਈ ਪਿੰਡ ਦਾ ਬੰਦਾ ਫੜਿਆ ਜਾਂਦਾ ਹੁੰਦਾ ਸੀ ਤੇ ਭੱਜ ਕੇ ਉਹ ਗ੍ਰਾਮ ਪੰਚਾਇਤ ਕੋਲ ਜਾਂਦੇ ਸੀ, ਬਿਲਕੁਲ, ਵੀ ਸਾਡਾ ਬੰਦਾ ਛਡਾ ਕੇ ਲਿਆਓ, ਤੇ ਉਹ ਪੰਚਾਇਤ ਇਕੱਠੀ ਹੋ ਕੇ ਕਹਿੰਦੇ ਸੀ ਵੀ ਨਹੀਂ ਥਾਣੇਦਾਰ ਸਾਹਿਬ ਬੰਦਾ ਛੱਡ ਦਿਓ, ਅਸੀਂ ਜ਼ਿੰਮੇਵਾਰੀ 'ਤੇ। ਵੀ ਤੁਹਾਨੂੰ ਪਿੰਡ ਦੇ ਵਿੱਚੋਂ ਘੂਠਿਆ? ਮੇਰੇ ਪਿੰਡ ਵਿੱਚੋਂ ਮੈਨੂੰ ਮੇਰੇ ਦੋ ਸਟੂਡੈਂਟ ਨੇ, ਦੋਨੇ ਹੀ ਕੀਤੀਆਂ ਨੇ, ਇੱਕ ਸਟੇਟ ਬੋਰਡ ਵੀ ਹੈ ਅਤੇ ਇੱਕ ਕਥਾਵਾਚਕ ਵੀ ਹੈ ਅਤੇ ਕੀਤੀਆਂ ਵੀ ਹੈ। ਉਹ ਬੰਦੇ ਮਿਲਦੇ ਹੈ, ਉਹਨਾਂ ਨਾਲ ਹੀ ਗੱਲਬਾਤ ਹੁੰਦੀ ਹੈ। ਹੋਰ ਕਿਸੇ ਨੂੰ ਸਰਕਾਰ ਦਾ ਡਰ ਪਿਆ ਨਹੀਂ, ਅੱਗੇ ਆਉਣ ਦਾ ਮੌਕਾ ਮਿਲਦਾ ਨਹੀਂ ਆਉਂਦੇ ਜੀ। ਤੁਸੀਂ ਬਾਬਾ ਜੀ ਜੇ ਪੁਰਾਣੇ ਸੰਘਰਸ਼ ਦੀ ਗੱਲ ਕਰੀਏ ਤਾਂ ਤੁਸੀਂ ਆਪਣੀ ਜ਼ਿੰਦਗੀ ਦਾ ਸੰਘਰਸ਼ ਕਦੋਂ ਤੋਂ ਆਰੰਭ ਕੀਤਾ? ਮੇਰੀ ਜ਼ਿੰਦਗੀ ਦਾ ਸੰਘਰਸ਼, ਮੈਂ 3 ਸਾਲ ਦਾ ਸੀ ਜਦ ਅਖਬਾਰ ਪੜ੍ਹਨ ਲੱਗ ਗਿਆ, ਉਰਦੂ ਦਾ ਹਿੰਦ ਸਮਾਜ 'ਚ, ਤੀਜੀ ਜਮਾਤ 'ਚ, 3 ਸਾਲ ਨਹੀਂ, ਤੀਜੀ ਜਮਾਤ 'ਚ ਹਿੰਦ ਸਮਾਜ ਡਾਕ 'ਚ ਆਉਣਾ ਹੁੰਦਾ। ਮੈਨੂੰ ਉਦੋਂ ਤੋਂ ਹੀ ਥੋੜ੍ਹੀ ਥੋੜ੍ਹੀ ਉਮਰ ਅਨੁਸਾਰ ਜਿਹੀ ਜਿਹੀ ਬਿਰਤੀ ਹੁੰਦੀ। ਤੁਹਾਡਾ ਡੇਟ ਆਫ ਬਰਥ ਕਦੋਂ ਦਾ ਹੈ? 7/3/33। 7/3/33 ਦਾ DOB ਹੈ? ਹਾਂਜੀ, ਇਹਦਾ ਮਤਲਬ ਸਾਡਾ ਬਾਪੂ 90 ਸਾਲਾਂ ਦਾ ਹੋ ਗਿਆ, ਸੈਂਚਰੀ ਮਾਰਨੀ ਹੈ। ਹੈਂ, ਅੱਛਾ ਅੱਛਾ, 33 ਦਾ DOB ਹੈ ਤੁਹਾਡਾ? ਹਾਂਜੀ, ਠੀਕ ਹੈ। ਅਤੇ 33 ਦਾ ਡੇਟ ਆਫ ਬਰਥ ਹੈ। 36 ਦੇ ਵਿੱਚ ਜਿਵੇਂ ਤੁਸੀਂ ਦੱਸਿਆ ਵੀ ਮੈਂ ਅਖਬਾਰ ਆਪਣਾ ਨਹੀਂ ਵੈਗਰੂ ਉੱਤੇ ਜਦੋਂ ਤੀਸਰੀ ਜਮਾਤ ਵਿੱਚ ਸੀ। ਨਹੀਂ, 36 ਜਿਵੇਂ ਕੋਈ 9 ਸਾਲ ਪਾਲੋ। ਹਾਂ, 9 ਸਾਲ ਪਾ ਲਈਏ, ਤੀਜੀ ਜਮਾਤ ਵਿੱਚ ਸੀ ਜਦੋਂ ਤੁਸੀਂ ਅਖਬਾਰ ਲੱਗ ਪਏ ਪੜ੍ਹਨ। ਪਰ ਤੁਸੀਂ ਬਾਬਾ ਜਰਨੈਲ ਸਿੰਘ ਜੀ ਨਾਲ ਵੀ ਰਹੇ ਹੈ, ਉਸ ਤੋਂ ਪਹਿਲਾਂ ਵੀ ਜਿਹੜਾ ਸੰਘਰਸ਼ ਹੈ 47 ਵੇਲੇ ਵੀ ਤੁਹਾਡੀ ਉਮਰ ਜੇ ਵੇਖੀ ਜਾਵੇ ਤਾਂ ਘੱਟੋ ਘੱਟ 13-14 ਸਾਲਾਂ ਦੀ ਸੀ। ਮੈਂ 65 ਸਾਰੀਆਂ ਦੇਖੀਆਂ ਹੋਣਗੀਆਂ, ਪੰਜਾਬੀ ਸੂਬੇ ਵਾਲਾ ਦੇਖਿਆ, ਨਿਰੰਕਾਰੀ ਕਾਂਡ, ਉਸ ਤੋਂ ਬਾਅਦ 84 ਪੰਜਾਬੀ ਸੂਬੇ 'ਚ ਬਾਪੂ ਅਤੇ ਵੱਡੇ ਭਰਾ ਦੋਨੋਂ ਹੀ ਵੱਡੇ ਸੀਗੇ ਤੁਹਾਡੇ। ਤੁਹਾਡੇ, ਅੱਛਾ, ਤੁਹਾਡੇ ਪਰਿਵਾਰ ਦਾ ਪੰਜਾਬੀ ਸੂਬੇ ਦੇ ਵਿੱਚ ਵੀ ਯੋਗਦਾਨ ਰਿਹਾ? ਕੁਦਰਤ ਪਾਉਣ ਲਈ ਹੈ, ਬੰਦਾ ਕੀ ਕਰਨ ਯੋਗਦਾ। ਉਹ ਪ੍ਰੇਰਨਾ ਦਿੰਦੀ ਹੈ, ਉਹ ਕਹਿੰਦੀ ਹੈ ਵੀ ਤੁਸੀਂ ਸਿੱਖ ਹੋ ਜੀ ਅਤੇ ਤੁਸੀਂ ਨਹੀਂ ਜ਼ੁਲਮ ਵਿਰੁੱਧ ਖੜੋਗੇ ਤਾਂ ਹੋਰ ਕੌਣ ਖੜੂਗਾ ਜੀ। ਡਰ ਪੈ ਕੋਈ ਨਹੀਂ ਜੀ। ਜਿਹੜੀਆਂ ਉਸ ਸਮੇਂ ਇੰਝ ਕਹਿ ਲਈਏ ਵੀ 47 ਤੋਂ ਬਾਅਦ ਅਕਾਲੀ ਲਹਿਰਾਂ ਚੱਲੀਆਂ ਨੇ, ਜਿਵੇਂ ਤੁਸੀਂ ਦੱਸਿਆ ਵੀ ਪੰਜਾਬੀ ਸੂਬੇ ਦੇ ਵਿੱਚ ਤੁਹਾਡੀ ਫੈਮਿਲੀ ਦਾ ਯੋਗਦਾਨ ਰਿਹਾ, ਉਸ ਤੋਂ ਬਾਅਦ ਤੁਸੀਂ ਸੰਘਰਸ਼ ਦੇ ਵਿੱਚ ਕਦੋਂ ਆਏ? ਕਿਉਂਕਿ ਬਾਬਾ ਜਰਨੈਲ ਸਿੰਘ ਜੀ ਨਾਲ ਵੀ ਮੈਨੂੰ ਪਤਾ ਲੱਗਿਆ ਵੀ ਤੁਹਾਡੀਆਂ ਮੁਲਾਕਾਤਾਂ ਹੋਈਆਂ ਨੇ। ਮੈਂ ਗੱਲ ਪਿੱਛੇ ਤੋਂ ਸ਼ੁਰੂ ਕਰਨਾ, ਪਹਿਲਾਂ ਇਹ
ਇਹ ਗੱਲ ਸੰਤ ਜਰਨੈਲ ਸਿੰਘ ਨੂੰ ਬਾਬਾ ਦੀਪ ਸਿੰਘ ਤੋਂ ਬਾਅਦ ਕਿੱਥੋਂ ਲੱਭਾਂਗੇ। ਉਹ ਇੱਕ ਮਨੁੱਖ ਨਹੀਂ ਸੀ, ਉਹ ਇੱਕ ਇਨਸਾਨੀ ਦਾ ਵੱਡਾ ਪੁੱਤਰਾ ਸੀ ਜਿਹਦਾ ਕਿਸੇ ਦਾ ਵੈਰ ਵਿਰੋਧ ਨਹੀਂ ਸੀ, ਪਰ ਕੌਮ ਨੂੰ ਉੱਚੀਆਂ ਬੁਲੰਦੀਆਂ 'ਤੇ ਲਿਜਾਣਾ ਚਾਹੁੰਦੇ ਸੀ। ਨੇਤਾ ਦੀ ਗੱਲ ਮੈਂ ਇੱਕ ਗੱਲ 'ਚ ਹੀ ਮੁਕਾ ਦਿੰਦਾ, ਉਹਨਾਂ ਦੇ ਹੁੰਦਿਆਂ ਦੋ ਕਾਨਫਰੰਸਾਂ ਹੋਈਆਂ ਸੀ ਜੇ ਤੁਹਾਨੂੰ ਪਤਾ ਹੋਵੇ। ਕਿਹਨਾਂ 'ਤੇ ਹੁੰਦਿਆਂ? ਇੱਕ ਫੌਜੀਆਂ ਦੀ ਅਤੇ ਇੱਕ ਬੁੱਧੀਜੀਵੀਆਂ ਦੀ। ਬੁੱਧੀਜੀਵੀਆਂ 'ਚ ਉਹਨਾਂ ਨੇ ਮੈਨੂੰ ਭੇਜਿਆ ਸੀਗਾ ਵੀ ਤੂੰ ਜਾਣਾ, ਅਤੇ ਮੈਂ ਕਿਹਾ ਭਾਈ ਮੋਹਕ ਸਿੰਘ ਉਹਨਾਂ ਨੂੰ ਹੋਰ ਕਿਸੇ ਨੂੰ ਭੇਜੋ, ਮੈਂ ਤਾਂ ਵਿਦਿਆਰਥੀ ਨਹੀਂ। ਉਹ ਕਹਿੰਦੇ ਤੂੰ ਪਾਸ਼ਕ ਤਾਂ ਹੈ ਤਾਂ ਹੀ ਜਾਣਾ, ਹੁਕਮ ਹੀ ਆ ਮੈਨੂੰ ਭੇਜਿਆ। ਇੱਦੋਂ ਵੱਡੀ ਨੇੜ ਤਾਂ ਹੋਰ ਕੋਈ ਨਹੀਂ ਹੋ ਸਕਦੀ। ਮੈਂ ਟੀਚਰ ਰਿਹਾ, ਮੇਰੀਆਂ ਚਾਰ ਪੰਜ ਪਟਨਾਵਾਂ ਜਿਹੀਆਂ ਨੇ ਜਿਹੜੀਆਂ ਮੇਰੀ ਕੌਮ 'ਚ ਇੱਕ ਨੰਬਰ 'ਤੇ ਲਿਆ ਕੇ ਖੜਾਉਂਦੀਆਂ ਨੇ। ਕਾਰ 'ਚ ਵੇਚੀ ਦੀ ਲੋਹੜੀ ਵੰਡੀ ਲੱਡੂਆਂ ਦੀ, ਜਿੱਦਣ ਦਰਬਾਰ ਸਾਹਿਬ 'ਤੇ ਹਮਲਾ ਹੁੰਦਾ ਮੈਂ ਸਕੂਲ ਸੀਗਾ, ਜਦ ਮੈਨੂੰ ਖਬਰ ਸੁਣੀ ਮੈਂ ਅਸਤੀਫਾ ਲਿਖਿਆ, ਸਰਕਾਰ 'ਤੇ ਦੋਸ਼ ਲਾ ਕੇ ਨਾਲਦਿਆਂ ਨੂੰ ਕਿਹਾ ਵੀ ਆਹ ਪਿਆ ਮੇਰਾ ਅਸਤੀਫਾ, ਜੇ ਕੋਈ ਅਫਸਰ ਚੈਕਿੰਗ 'ਤੇ ਜਾਵੇ ਇਹਨੂੰ ਦੇ ਦਿਓ। ਮੈਂ ਨੌਕਰੀ ਛੱਡੀ। ਅੱਛਾ, 84 ਤੋਂ ਤੁਸੀਂ ਨੌਕਰੀ ਛੱਡੀ ਹੈ? 84 ਤੋਂ ਨੌਕਰੀ ਛੱਡੀ ਆ, ਉਹੀ ਮੇਰਾ ਰੋਟੀ ਰੋਟੀ ਸੀ, ਉਹੀ ਬੱਚੇ ਪਾਲਣੇ ਸੀ, ਪਰ ਮੇਰੀ ਕੁਦਰਤ ਨੇ ਮਦਦ ਕੀਤੀ, ਮੈਨੂੰ ਡੋਲਣ ਨਹੀਂ ਦਿੱਤਾ, ਸਿਰ ਹੱਥ ਦੇ ਕੇ ਰੱਖਿਆ। ਜਦੋਂ ਦਰਬਾਰ ਸਾਹਿਬ 'ਤੇ ਅਟੈਕ ਹੋਇਆ ਤੁਸੀਂ ਉਦੋਂ ਟੀਚਰ ਸੀ ਅਤੇ ਆਪਣਾ ਅਸਤੀਫਾ ਲੈ ਕੇ ਸਰਕਾਰ ਨੂੰ ਦੇ ਦਿੱਤਾ? ਮੇਰੇ ਤੋਂ ਪਹਿਲਾਂ ਕਿਸੇ ਧਰਮੀ ਦਾ ਵੀ ਅਸਤੀਫਾ ਨਹੀਂ ਹੈ, ਪਹਿਲੇ ਨੰਬਰ 'ਤੇ ਸਭ ਤੋਂ ਪਹਿਲਾਂ ਅਸਤੀਫਾ ਤੁਹਾਡਾ? ਸਭ ਤੋਂ ਪਹਿਲਾਂ ਉਸੇ ਦਿਨ ਉਸੇ ਟਾਈਮ ਮਾਨਦਾਨ ਦਾ ਮੈਂ ਪਹਿਲਾਂ ਸੈਕਟਰੀ ਰਿਹਾ, ਬਗੈਰ ਤਨਖਾਹ, ਬਗੈਰ ਕਾਰ, ਬਗੈਰ ਕੋਠੀ ਸੇਵਾ ਕੀਤੀ ਹੈ, ਲੰਗਰ ਦੇ ਪ੍ਰਸ਼ਾਦੇ ਛੱਕ ਕੇ ਸਰਾਂ 'ਚ ਰਹਿ ਕੇ। ਮੇਰੇ ਤੋਂ ਬਿਨਾਂ ਕੋਈ ਸੈਕਟਰੀ ਨਹੀਂ ਜਿਹੜੇ ਤਨਖਾਹ ਨਹੀਂ ਲਈ, ਮੈਂ ਪਹਿਲਾਂ ਨਹੀਂ ਲਈ ਤਨਖਾਹ, ਤਾਂ ਮੈਂ ਛੱਡੀ ਸੀ, ਮੈਂ ਪੰਥ ਤੋਂ ਤਨਖਾਹ ਲਵਾਂ। ਬਿਲਹਾਰ ਜਾਵਾਂ, ਮਕਾਲ ਤਖ਼ਤ ਜਥੇਦਾਰ ਸਾਬਕਾ ਭਾਈ ਗੁਰਦੇਵ ਸਿੰਘ ਕੌਂਕੇ ਦੇ ਸਰਾਂ 'ਚ ਲੈ ਕੇ ਲੰਗਰ ਪ੍ਰਸ਼ਾਦਾ ਛੱਕ ਕੇ ਸ਼ਹਾਦਤ ਦੇ ਗਿਆ ਅਕਾਲ ਤਖ਼ਤ ਦਾ ਜਥੇਦਾਰ। ਉਹਦਾ ਕੋਈ ਨਾਂ ਲੈਣ ਨੂੰ ਤਿਆਰ ਨਹੀਂ, ਮੇਰੇ ਵਰਗੇ ਨੂੰ ਕਿਹਨੇ ਪੁੱਛਣਾ? ਜਥੇਦਾਰ ਗੁਰਦੇਵ ਸਿੰਘ ਕੌਂਕੇ ਦੀ ਗੱਲ ਕਰਦੇ, ਕੌਂਕੇ ਦੀ ਗੱਲ ਕਰਦਾ, ਸਰਾਂ 'ਚ ਰਹਿੰਦੇ ਹੁੰਦੇ ਸੀ, ਲੰਗਰ 'ਚੋਂ ਪ੍ਰਸ਼ਾਦਾ ਛੱਕਦੇ? ਸਾਡੇ ਦੋਨਾਂ ਦੇ ਕਮਰੇ ਇਕੱਠੇ ਸੀ, ਦੋਨੋਂ ਲੰਗਰ 'ਚ ਪ੍ਰਸ਼ਾਦਾ ਛਕਣ ਜਾਂਦੇ ਸੀ। ਕੋਈ ਲਾਲਸਾ ਨਹੀਂ ਸੀ, ਕੋਈ ਪੀਏ ਦੀ ਲੋੜ ਨਹੀਂ, ਕੋਈ ਡਰਾਈਵਰ ਦੀ ਲੋੜ ਨਹੀਂ, ਇਹੋ ਜਿਹਾ ਜਥੇਦਾਰ ਕਿੱਥੋਂ ਲੱਭਾਂਗੇ ਅਸੀਂ? ਜਿਹੜੀ ਹੁਣ ਮੌਜੂਦਾ ਸ਼੍ਰੋਮਣੀ ਕਮੇਟੀ ਹੈ ਪ੍ਰਧਾਨ ਧਾਮੀ ਜੀ ਨੇ, ਅਤੇ ਦੂਜੀ ਗੱਲ ਕਰੀਏ ਆਪਾਂ ਜਥੇਦਾਰ ਹਰਪ੍ਰੀਤ ਸਿੰਘ ਜੀ, ਇਹਨਾਂ ਵੱਲੋਂ ਵੀ ਕਦੀ ਤੁਹਾਡੇ ਹੱਕ ਦੇ ਵਿੱਚ ਹਾਅ ਦਾ ਨਾਰਾ ਨਹੀਂ ਮਾਰਿਆ ਗਿਆ? ਹਾਅ ਦਾ ਨਾਰਾ ਬਣਨੀਆਂ ਨੇ ਹੱਕ 'ਚ ਮਾਰਿਆ, ਪਰ ਮੈਨੂੰ ਤਾਂ ਬੇਰੋ ਬੱਟੇ ਦੀ ਗੇੜਕਾਂ ਪਿੱਛੇ ਨਹੀਂ ਪੁੱਛਦਾ ਕੋਈ, ਨਾ ਕਮੇਟੀ ਨਾ ਕੋਈ ਹੋਰ, ਕਿਤੇ ਭੁੱਲ ਚੁੱਕ ਕੇ ਨਾਂ ਲੈ ਦੇਵੇ ਤਾਂ ਪ੍ਰਧਾਨ ਮੈਨੂੰ ਨਹੀਂ ਪਤਾ, ਇੱਕ ਦਫ਼ਾ ਉਹਨੇ ਲਿਆ ਵੀ ਹੈ। ਦਰਅਸਲ ਅੱਜ ਤੱਕ ਇਹ ਹਾਲ ਰਹੀ ਹੈ ਕਿ ਧਰਮ ਸਿਆਸਤ ਦੇ ਅਧੀਨ ਆ ਸਾਡਾ, ਸਾਡਾ ਕਿਹਾ ਮੈਂ ਬਿਲਕੁਲ,
ਅਤੇ ਉਹਦਾ ਮੁੱਖ ਜ਼ਿੰਮੇਵਾਰ ਹੈ ਬਾਦਲ, ਅਤੇ ਉਦੋਂ ਮੂਹਰੇ ਖੜ੍ਹੇ ਆ ਉਹ ਧਰਮੀ ਲੋਕ ਜਿਹੜੇ ਉਹਦੀ ਅਧੀਨਗੀ। ਸਿੱਖ ਧਰਮ ਦਾ ਮੁੱਖ ਏਜੰਡਾ ਹੈ ਕਿ ਸਿਆਸਤ ਧਰਮ ਦੇ ਅਧੀਨ। ਇੱਥੇ ਗੱਡੀ ਪੁੱਠੀ ਚੱਲ ਰਹੀ ਹੈ, ਇੰਜਣ ਪਿੱਛੇ ਨੂੰ ਧੱਕੀ ਜਾਂਦਾ ਡੱਬੇ ਨੂੰ, ਲਾਲਚੀ ਹੋ ਗਏ ਲੋਕ, ਪਦਵੀਆਂ ਚਾਹੀਦੀਆਂ, ਧਨ ਚਾਹੀਦਾ, ਸੇਵਾ ਕਰੂ ਉਹਨਾਂ ਦਾ ਪਿਓ ਜੀ। ਹੁਣ ਬਾਪੂ ਜੀ, ਤੁਸੀਂ ਆਪਣੇ ਵੱਲੋਂ ਕੌਮ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਮੈਂ ਚਾਹੁੰਦਾ ਵੀ ਜਿਹੜੇ ਸਾਡੇ ਲੱਖਾਂ ਦਰਸ਼ਕ ਅੱਜ ਤੁਹਾਨੂੰ ਦੇਖਦੇ ਨੇ, ਉਹਨਾਂ ਨੂੰ ਆਪਣੇ ਵੱਲੋਂ ਕੀ ਮੈਸੇਜ ਦੇਣਾ ਚਾਹੁੰਦੇ ਹੋ? ਬੇਨਤੀ ਕਰਾਂ, ਕੌਮ ਨੂੰ ਸੁਨੇਹਾ ਮਿਲ ਚੁੱਕਿਆ ਹੋਇਆ ਵੀ ਇੱਕ ਬੁੜਾ ਅਮਰੀਕਾ ਦੀ ਐਸ਼ੋ ਇਸ਼ਰਤ ਛੱਡ ਕੇ, ਬੱਚਿਆਂ ਨੂੰ ਛੱਡ ਕੇ, ਪ੍ਰਵਾਸੀ ਲੋਕ ਆਪਦੇ ਧਰਤੀ ਦੇ ਮੋਹ ਨਾਲ, ਆਪਦੀ ਕੌਮ ਦੇ ਮੋਹ ਕਾਰਨ, ਉਹਨਾਂ ਹੀਰਿਆਂ ਦੇ ਮੋਹ ਕਾਰਨ ਇੱਥੇ ਸੱਤ ਸਾਢੇ ਸੱਤ ਸਾਲ ਤੋਂ ਪਿਆ, ਅਤੇ ਇਹ ਆਵਾਜ਼ ਆਪਣੇ ਆਪ ਜਾ ਚੁੱਕੀ ਹੈ। ਮੇਰੇ ਕਹਿਣ ਦੀ ਲੋੜ ਨਹੀਂ ਰਹੀ। ਹੁਣ ਕੋਈ 3-4 ਮਹੀਨਿਆਂ ਤੋਂ ਹਰੇਕ ਇਹ ਝੰਡਾ ਫੜਨਾ ਚਾਹੁੰਦਾ ਵੀ ਬੰਦੀ ਮੈਂ ਛਡਾਏ ਆ। ਇੱਥੋਂ ਤੱਕ ਕਿ ਸੁਖਵੀਰ ਦਾ ਕਹਿਣਾ ਵੀ ਅਸੀਂ ਦਿੱਲੀ ਜਾਵਾਂਗੇ, ਧਰਨਾ ਲਾਵਾਂਗੇ, ਅਤੇ ਉਦੋਂ ਮੁੜੋਂਗੇ ਜਦ ਬੰਦੀ ਛਡਾਏ। ਮੈਂ ਕਹਿੰਦਾ ਛਡਾਓ ਤੁਸੀਂ, ਧਰਨਾ ਲੈ ਲਓ, ਝੰਡਾ ਜਿਹੜਾ ਲੈਣਾ ਜਿਹੜਾ ਵਾਰਡ ਲੈ ਲਓ, ਪਰ ਉਹ ਵੀ ਮਾਵਾਂ ਦੇ ਲਾਲ ਨੇ, ਉਹਨਾਂ ਦੀ ਵੀ ਇਨਸਾਨੀ ਜ਼ਿੰਦਗੀ ਹੈ, ਉਹ ਕਿ ਜੰਗਲ ਦੇ ਜਾਨਵਰ ਨਹੀਂ ਹੈਗੇ ਜੀ। ਉਹਨਾਂ ਨੇ ਤਲੀਆਂ ਧਰ ਕੇ ਜੋ ਕੁਛ ਕੀਤਾ, ਪੜੀ 'ਤੇ ਧਰ ਕੇ ਕੀਤਾ। ਲੱਗਦਾ ਤੁਹਾਨੂੰ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਤੋਂ ਬਾਅਦ, ਹਾਂਜੀ, ਕਿਉਂਕਿ ਸੰਗਰੂਰ ਇਲੈਕਸ਼ਨ ਦੇ ਵਿੱਚ ਬੜੀ ਵੱਡੀ ਇੱਕ ਜਿੱਤ ਪ੍ਰਾਪਤ ਕੀਤੀ ਹੈ, ਹਾਂਜੀ, ਇਹ ਹੁਣ ਤੁਹਾਡੇ ਹੱਕਾਂ ਦੀ ਆਵਾਜ਼ ਅਤੇ ਬੰਦੀ ਸਿੰਘਾਂ ਦੀ ਆਵਾਜ਼ ਬਣਨਗੇ? ਸਿਮਰਨਜੀਤ ਸਿੰਘ ਮਾਨ ਦਾ ਆਪਦਾ ਹੀ ਏਜੰਡਾ ਹੈਗਾ, ਜੋ ਕਹਿੰਦੇ ਰਹੇ ਆ ਵੀ ਅਸੀਂ ਬੰਦੀ ਸਿੰਘ ਛਡਾਵਾਂਗੇ, ਪਰ ਸਿਮਰਜੀਤ ਸਿੰਘ ਮਾਨ ਨੂੰ ਮੈਂ ਥੋੜ੍ਹੀ ਜਿਹੀ ਗੱਲ ਲੰਬੀ ਹੋ ਜੂਗੀ। ਜਦ ਮੈਂ ਸੈਕਟਰੀ ਸੀ ਉਦੋਂ ਇਹ ਢੀਂਡ ਸੇ ਹੋਣੀ, ਬ੍ਰਹਮਪੁਰੇ ਹੋਣੀ, ਸਾਰੇ ਬਾਦਲ ਨੂੰ ਛੱਡ ਕੇ ਬਾਬਾ ਜੋਗਿੰਦਰ ਸਿੰਘ, ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਦੇ ਪਿਤਾ ਜੀ ਹੈਂਡਲ ਕਰਦੇ ਸੀ ਦਫ਼ਤਰ। ਉਹਨਾਂ ਨੇ ਮਤਾ ਬਣਾਇਆ ਵੀ ਬ੍ਰਹਮਪੁਰੇ ਨੂੰ ਇੰਚਾਰਜ ਬਣਾ ਦਿਓ, ਮਾਨ ਦੀ ਥਾਂ ਐਕਟਨ ਪ੍ਰਧਾਨ ਬਣਾ ਦਿਓ। ਹੁਣ ਉਹਦੇ 'ਚ ਉਹਨਾਂ ਦੀ ਕੀ ਵਿਚਾਰ ਸੀਗੀ ਮੈਨੂੰ ਵੀ ਪਤਾ ਲੱਗ ਗਿਆ, ਬਾਬਾ ਜੀ ਨੂੰ ਮਨਾ ਲਿਆ ਉਹਨਾਂ ਨੇ, ਕਿਵੇਂ ਮਨਾਇਆ, ਕੀ ਸਭ ਜਵਾਕ ਦਿਖਾਏ, ਇਹ ਉਹ ਜਾਣਦੇ ਆ, ਅਤੇ ਮੈਨੂੰ ਬਲ ਮਿਲ ਗਈ। ਮੈਂ ਬਾਬਾ ਜੀ ਨੂੰ ਬੇਨਤੀ ਕੀਤੀ, ਮੈਂ ਬਾਬਾ ਜੀ ਇਹ ਬਾਦਲ ਦੀ ਛਤਰੀ ਦੇ ਕਬੂਤਰ ਨੇ, ਜਿੱਦਣ ਉਹਨਾਂ ਨੇ ਮਾੜੀ ਜਿਹੀ ਜ਼ੋਰ ਹਿਲਾ ਤੀ ਇਹ ਪ੍ਰਧਾਨ ਵੀ ਬਾਦਲ ਦੇ ਖਾਤੇ ਜਾ ਵੜੂਗੀ। ਇਹ ਗੱਲ ਤੁਸੀਂ ਕਹੀ ਸੀ ਉਦੋਂ? ਹਾਂਜੀ, ਇਹ ਗੱਲ ਕਹੀ ਸੀ ਬਾਬਾ ਜੋਗਿੰਦਰ ਸਿੰਘ ਨੂੰ? ਬਾਬਾ ਜੀ ਨੂੰ, ਬਾਬਾ ਜੀ ਨੂੰ। ਅੱਛਾ, ਅਤੇ ਬਾਬਾ ਜੀ ਕਹਿੰਦੇ ਠੀਕ ਹੈ ਭਾਈ, ਸੋਚ ਲੈਂਦੇ ਹਾਂ। ਬਾਬਾ ਜੀ ਨੇ ਜਵਾਬ ਦੇ ਤਾ। ਇਹਨਾਂ ਨੇ ਫਿਰ ਮੈਨੂੰ ਉੱਥੋਂ ਕੱਢਣ ਲਈ, ਚੱਲਦੀ ਸੀ ਇਹਨਾਂ ਦੀ ਸਰਕਾਰ 'ਚ, ਮੈਨੂੰ ਜੇਲ੍ਹ ਭਜਵਾਇਆ। ਜੇਲ੍ਹ ਭਜਵਾ ਕੇ ਬ੍ਰਹਮਪੁਰੇ ਦਾ ਰਿਸ਼ਤੇਦਾਰ ਸੈਕਟਰੀ ਜਵਾਇਆ। ਮੈਂ ਮਾਨ ਦੀ ਖਾਤਰ ਜੇਲ੍ਹ ਕੱਟੀ ਹੈ ਜੀ, ਜਦ ਕਿ ਬੀਬੀ ਬੰਦੀਆਂ ਦੀ ਰਿਹਾਈ ਲਈ, ਬੰਦੀਆਂ ਜਵਾਨਾਂ ਦੀ ਭੈਣ ਚੋਣ ਲੜ ਰਹੀ ਸੀ, ਮੈਂ ਮਾਨ ਦੀ ਡਟ ਕੇ ਮਦਦ ਕੀਤੀ ਹੈ, ਲਿਖਤੀ ਮਦਦ ਕੀਤੀ ਹੈ, ਪਰ ਮਾਨ ਸਾਹਿਬ ਕੋਲ ਵਿਹਲ ਨਹੀਂ ਹੈਗੀ ਕਿ ਉਹ ਮੈਨੂੰ ਫੋਨ ਕਰਕੇ ਵੀ ਹਾਲ ਪੁੱਛ ਲੈਣ।
एक दिन जसकरन सिंह का फोन आया सी, मैं किया उन्हें कहा भी तेन मैं आने, पर वो दिन आया नहीं हाले मैं कि दिन मैं आना। पर मैं सिख कौम लई यह एक शुभ शगन मानना जेड़ा मान की जित है। कौम ने अलांबे ला ते सारे भी मैंने कर मेरी कौम हराउंदी है ते हुण शुक्र है रब दा दाते दा कि वह पार्लीमेंट जा रहे है। मैंने विश्वास है पूरे तनो मनो कि सिख कौम की गल ठोक बजा के करनगे। जी गिला भी है ते मैं क्या गिला भी है कोई हुंदे है। दूजी जिहड़ी बीबी अपने कमलदीप कौर जी ने राजू होना जी दे सरदार बलवंत सिंह जी राजू होना जी दे सत्कारयोग भैन जी जिन्होंने संगरूर तो बादलों की टिकट के उपर इलैक्शन भी लड़िया है, कभी उन्हों का भी तुम्हें फोन आया या तुम्हें मिलन आए या तुहाडे नाल कभी गलबात की? किसी को टाइम नहीं है जी, क्यों अपना टाइम वेस्ट कर जी। ठीक है बापू जी, कुछ मन के वलवले सन तुहाडे नाल सांझे कीते है और कुछ दर्शक सवाल करते सन, मैं क्या भी उन्होंने सवालों के जवाब भी लैके आवं। दिल दियां गहराइयां तो मैं तुहाडा धन्नवादी हाँ, बड़े सोहने सुचजे ढंग के सवालों के जवाब दिते ने।